ਪੇਪਰਾਂ ਦੇ ਦਿਨ ਸੀ, ਧੁੱਪੇ ਬਹਿ ਕੇ ਹੋਸਟਲ ਪੜ੍ਹਦੇ ਹੁੰਦੇ ਸੀ। ਉੱਥੋਂ ਕੁਛ ਯਾਦ ਆਇਆ ਅਤੇ ਲਾਈਨਾਂ ਝੜਕੀਆਂ, ਅਤੇ ਉਹ ਮੈਂ ਚਾਰ ਕੁ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਹੋ ਰਾਤੀ ਸੁਪਨਾ ਆਇਆ, ਸਕੂਲ ਦੇ ਮੂਹਰੇ ਖੜਿਆ ਸੀ, ਯਾਦਾਂ ਨੂੰ ਕਰ ਚੇਤੇ, ਪਾਣੀ ਅੱਖਾਂ ਵਿੱਚ ਭਰਿਆ ਸੀ। ਪਹਿਲਾਂ ਚੇਤੇ ਗਾਰਡ ਆਏ ਜੋ ਗੇਟ ਤੇ ਹੁੰਦੇ ਸੀ, ਸਭ ਦੇ ਲਈ ਭਾਵੇਂ ਬੰਦ ਸਾਡੇ ਲਈ ਖੁੱਲ੍ਹੇ ਕੁੰਡੇ ਸੀ। ਅੱਗੇ ਵਧਿਆ ਉਹ ਥਾਂ ਆਈ ਜਿੱਥੇ ਲੈਕਚਰ ਲਾਉਂਦੇ ਸੀ, ਟੌਰ ਪੂਰੀਆਂ ਰੱਖਦੇ ਕੁੜੀਆਂ ਨੂੰ ਦਿਖਾਉਂਦੇ ਸੀ। ਉਹ ਕਲਾਸ ਵਿੱਚ ਲਾਸਟ ਬੈਂਚ ਤੇ ਬਹਿਣਾ ਹੁੰਦਾ ਸੀ, ਬ੍ਰੇਕ ਹੋਣ ਤੇ ਸਕੂਲ ਦਾ ਗੇੜਾ ਲਾਉਣਾ ਹੁੰਦਾ ਸੀ। ਫਿਰ ਆਈ ਉਹ ਮੈਸ ਜੋ ਵੱਡਾ ਸੀ ਸਰਦਾਰਾਂ ਦਾ, ਹਰ ਕੋਈ ਬਹਿ ਕੇ ਤੱਕਦਾ ਸੀ ਖੱਪ ਖਾਨਾ ਯਾਰਾਂ ਦਾ। ਯਾਦ ਨੇ ਆਉਂਦੇ ਅੱਜ ਵੀ ਜਿਹੜੇ ਮੈਸ ਵਿੱਚ ਗਾਣੇ ਲਾਉਣੇ, ਪੁੱਛਦਾ ਕੋਈ ਟਿਕਾਣਾ ਕਹਿੰਦੇ ਕਿਤੇ ਇੱਥੇ ਲੜਦੇ ਆਉਣੇ। ਗਰਾਊਂਡ ਪਹੁੰਚਿਆ ਜਿੱਥੇ ਸਾਰੇ ਪੀਟੀ ਕਰਦੇ ਸੀ, ਪੰਗੇ ਲੈਣ ਨੂੰ ਇੱਕ ਦੂਜੇ ਦੇ ਪਿੱਛੇ ਖੜਦੇ ਸੀ। ਨਿਗਾਹ ਕਮਾਈ ਦਿਖਿਆ ਜੋ ਸੀ ਹੋਸਟਲ ਯਾਰਾਂ ਦਾ, ਜਿਹਨੂੰ ਦੇਖ ਕੇ ਚੇਤਾ ਆ ਗਿਆ ਸਾਰੇ ਯਾਰਾਂ ਦਾ। ਹੌਲੀ ਹੌਲੀ ਚੜ੍ਹਦਾ ਪੌੜੀਆਂ ਰੂਮ ਦੇ ਮੂਹਰੇ ਖੜਿਆ, ਰੋਂਦਾ ਰੋਂਦਾ ਗੇਟ ਖੋਲ ਕੇ ਅੰਦਰ ਜਾ ਸੀ ਵੜਿਆ। ਯਾਦ ਆ ਗਈ ਉਹ ਮਹਿਫਲ ਜੋ 112 ਚ ਲੱਗਦੀ ਸੀ, ਕੰਬਲ ਕੁੱਟ ਸੀ ਕਰਦੇ ਜਿੱਥੇ ਕਦੇ ਸੀਪ ਵੀ ਲੱਗਦੀ ਸੀ। ਉਹ ਕੋਰੀਡੋਰ ਜਦ ਪਹੁੰਚਿਆ ਤਾਂ ਜੀ ਉੱਠਿਆ ਇੱਕ ਪਲ ਮੋਇਆ, ਤਾਂ ਉਹੀ ਜਿੱਥੇ ਗੱਭਰੂ ਜ਼ੁਲਫਾਂ ਵਿੱਚ ਕੈਦ ਸੀ ਹੋਇਆ, ਤਾਂ ਉਹੀ ਜਿੱਥੇ ਗੱਭਰੂ ਜ਼ੁਲਫਾਂ ਵਿੱਚ ਕੈਦ ਸੀ ਹੋਇਆ। ਜਾਂਦੀ ਜਾਂਦੀ ਕਹਿ ਗਈ ਵੇ ਦਿੱਤੀ ਬਦਨਾਮੀ ਤੈਂ, ਉਹ ਸਕੂਲ ਦੇ 2 ਸਾਲ ਯਾਰੋ ਜਿਹਦੀ ਚੁੰਨੀ ਸਾਂਭੀ ਮੈਂ। 2 ਸਾਲ ਸੀ ਲਾ ਕੇ ਸਾਰੇ ਘਰ ਨੂੰ ਪਰਤ ਗਏ, ਬਿਨ ਯਾਰਾਂ ਨਾ ਕੋਈ ਅਣਖੀ ਨਾ ਕੋਈ ਮੜਕ ਰਹੇ। ਉਹ ਭੁੱਲ ਗਈਆਂ ਪ੍ਰਧਾਨ ਗੀਆਂ ਬਸ ਵੀ ਜਾ ਡੀਕ ਰਿਹਾ, ਗੱਲ ਵੀ ਕਰੂ ਕਮਾਈਆਂ ਬਾਪੂ ਲਾ ਕੋਈ ਸੀ ਪਰਿਹਾ। ਉਹ ਚੜਨ ਜਹਾਜੇ ਲੱਗਿਆ ਸੀ ਪਰ ਮਾਣੇ ਹਾਨ ਜਗਾਤਾ, ਉਹ ਵੇਲਾ ਚੰਦਰੇ ਸੁਪਨੇ ਨੇ ਅੱਜ ਫੇਰ ਉਹ ਯਾਦ ਕਰਾਤਾ ਵੇਲਾ।